ਡੀਜ਼ਲ ਵਾਲੇ ਪਰੋਠੇ ਨੇ ਛੇੜੀ ਲੋਕਾਂ 'ਚ ਚਰਚਾ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਵੀਡੀਓ। ਦੇਖੋ ਕੀ ਹੈ ਇਸ ਪਰੋਠੇ ਦੀ ਅਸਲ ਸੱਚਾਈ। ਕੀ ਡੀਜ਼ਲ ਨਾਲ ਹੁੰਦਾ ਹੈ ਤਿਆਰ, ਸੁਣੋ ਪਰੋਠੇ ਵਾਲੇ ਤੋਂ ਹੀ। ਅੱਜ ਕੱਲ ਕਾਫੀ ਜ਼ਿਆਦਾ ਡੀਜ਼ਲ ਵਾਲਾ ਪਰੌਂਠਾ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਕਿ ਡੀਜ਼ਲ ਦੇ ਨਾਲ ਪਰੌਂਠਾ ਬਣਾਇਆ ਜਾਂਦਾ। ਹਾਲਾਂਕਿ ਚੰਡੀਗੜ੍ਹ ਦੇ ਸੈਕਟਰ 22 ਦੀ ਇਹ ਵੀਡੀਓ ਹੈ ਔਰ ਇਸੇ ਥਾਂ ਤੇ ਅਸੀਂ ਮੌਜੂਦ ਹਾਂ ਜਿੱਥੇ ਇਹ ਡੀਜ਼ਲ ਵਾਲਾ ਪਰੌਂਠਾ ਦੀ ਵੀਡੀਓ ਵਾਇਰਲ ਹੋਈ ਸੀ। ਕਿੰਨਾ ਕੁ ਸੱਚਾਈ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਪਿਛਲੇ ਦਿਨਾਂ ਤੋਂ। ਇੱਕ ਬਲੌਗਰ ਨੇ ਇਹ ਵੀਡੀਓ ਜਿਹੜੀ ਬਣਾਈ ਸੀ ਔਰ ਉਹਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਇਹ ਡੀਜ਼ਲ ਵਾਲਾ ਪਰੌਂਠਾ, ਹਾਲਾਂਕਿ ਇਹ ਟਾਈਟਲ ਦਿੱਤਾ ਸੀਗਾ। ਇਹਦੇ 'ਚ ਕਿੰਨੀ ਕੁ ਸੱਚਾਈ ਹੈ ਕਿਉਂਕਿ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੂਡ ਸਪਲਾਈ, ਫੂਡ ਜਿਹੜੀ ਹੈਲਥ ਡਿਪਾਰਟਮੈਂਟ ਹੈ ਉਹਨਾਂ ਦੇ ਵਿੱਚ ਵੀ ਹੜਕੰਪ ਮਚ ਗਿਆ। ਫੂਡ ਸਪਲਾਈ ਡਿਪਾਰਟਮੈਂਟ ਵੀ ਇੱਥੇ ਪਹੁੰਚਿਆ ਸੀਗਾ ਇਹ ਕਿਹੜਾ ਡੀਜ਼ਲ ਯੂਜ਼ ਕਰਦੇ ਹੈ, ਇਹ ਕਿਹੜਾ ਯੂਜ਼ ਕਰਦੇ, ਸਾਰੀ ਚੀਜ਼ਾਂ ਨੂੰ ਲੈ ਕੇ। ਕਿਉਂਕਿ ਵਾਇਰਲ ਹੋਣ ਤੋਂ ਬਾਅਦ ਕਈ ਚੀਜ਼ਾਂ ਦਾ ਇਹਦੇ ਵਿੱਚ ਹੈਲਥ ਡਿਪਾਰਟਮੈਂਟ ਵੱਲੋਂ ਵੀ ਕੀਤਾ ਗਿਆ ਸੀ। ਬਬਲੂ ਵੈਸ਼ਨੂ ਢਾਬਾ, ਸਰਪਾ ਜੀ ਤੁਸੀਂ ਹੋ, ਇਹ ਕਿੰਨੀ ਸੱਚਾਈ ਹੈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ। ਭਾਅ ਜੀ ਇਹ ਡੀਜ਼ਲ ਵਾਲਾ ਪਰੌਂਠਾ ਕੋਈ ਇਹੋ ਜਿਹਾ ਪਰੌਂਠਾ ਅਸੀਂ ਨਹੀਂ ਬਣਾਉਂਦੇ ਜੀ। ਸਿਰਫ ਡੀਜ਼ਲ ਵਾਲੇ ਪਰੌਂਠੇ ਦਾ ਇੱਕ ਟਾਈਟਲ ਦਿੱਤਾ ਗਿਆ ਸੀਗਾ ਕਿ ਡੀਜ਼ਲ ਵਾਲਾ ਪਰੌਂਠਾ, ਨਾ ਕਿ ਆਪਾਂ ਡੀਜ਼ਲ ਯੂਜ਼ ਕਰ ਰਹੇ ਹਾਂ ਪਰੌਂਠਾ ਬਣਾਉਣ ਦੇ ਵਿੱਚ। ਇਹ ਸਿਰਫ ਫਨ ਦੇ ਬੇਸ 'ਤੇ ਉਹਨੇ ਇੱਕ ਜੋ ਬਲੌਗਰ ਜੀ ਆਏ ਸੀ ਉਹਨਾਂ ਨੇ ਇਹਨੂੰ ਟਾਈਟਲ ਦੇ ਦਿੱਤਾ ਸੀਗਾ ਇਹੋ ਜਿਹਾ ਕੋਈ ਪਰੌਂਠਾ ਇੱਥੇ ਨਹੀਂ ਬਣਦਾ, ਵਧੀਆ ਅਤੇ ਹਾਈਜੀਨਿਕ ਤੌਰ 'ਤੇ ਅਸੀਂ ਪਰੌਂਠਾ ਇੱਥੇ ਬਣਾ ਰਹੇ ਹਾਂ। ਦੇਖ ਲਈਏ ਹਾਂਜੀ ਡੀਜ਼ਲ ਵਾਲਾ ਪਰੌਂਠਾ ਦਿਖਾਉਣ ਵਾਸਤੇ, ਪਰ ਡੀਜ਼ਲ ਪਰੌਂਠਾ ਸੀਗਾ ਨੀਗਾ, ਉਹ ਸਿਰਫ ਐਡੀਬਲ ਓਇਲ ਸੀਗਾ। ਤੁਸੀਂ ਦੇਖ ਸਕਦੇ ਹੋ ਕਿਵੇਂ ਬਣ ਰਿਹਾ ਔਰ ਪਿਛਲੇ ਕਾਫੀ ਸਾਲਾਂ ਤੋਂ ਸਰਵਿਸ ਦੇ ਰਹੇ ਲੋਕਾਂ ਨੂੰ, ਸਾਡੇ ਕੋਲ ਰਿਪੀਟਡ ਕਸਟਮਰ ਕਾਫੀ ਨੇ। ਮਤਲਬ ਕਿ ਇੱਦਾਂ ਦਾ ਕੋਈ ਨਾ ਸਾਡੇ ਕੋਲ ਕਸਟਮਰ ਕੋਈ ਖਾਣ ਆਇਆ ਅੱਜ ਤੱਕ, ਨਾ ਅਸੀਂ ਡੀਜ਼ਲ ਵਾਲਾ ਪਰੌਂਠਾ ਕਦੀ ਬਣਾਇਆ ਭਾਅ ਜੀ। ਠੀਕ ਹੈ, ਤਾਂ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ, ਬਸ ਇਹ ਵੀਡੀਓ ਵਾਇਰਲ ਹੋ ਗਈ ਭਾਅ ਜੀ 2 ਦਿਨਾਂ ਦੇ ਵਿੱਚ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੈਲਥ ਡਿਪਾਰਟਮੈਂਟ ਵੀ ਇੱਥੇ ਪਹੁੰਚਿਆ? ਹਾਂਜੀ ਹਾਂਜੀ ਭਾਅ ਜੀ, ਹੈਲਥ ਕੀ ਹਦਾਇਤਾਂ ਦਿੱਤੀ ਹੈ ਤੁਹਾਡਾ ਚਲਾਨ ਵਗੈਰਾ ਵੀ ਕੀਤਾ ਹੈ? ਨਹੀਂ ਚਲਾਨ ਵਗੈਰਾ ਹੋਇਆ ਥੋੜ੍ਹਾ ਅਤੇ ਆਪਣਾ ਅਤੇ ਉਹਨਾਂ ਨੂੰ ਵੀ ਪਤਾ ਹੈ, ਸਭ ਨੂੰ ਭਾਅ ਜੀ ਇਹ ਕੋਮਨ ਸੈਂਸ ਦੀ ਗੱਲ ਹੈ ਔਰ ਸਭ ਨੂੰ ਪਤਾ ਹੈ ਡੀਜ਼ਲ ਵਾਲਾ ਪਰੌਂਠਾ ਬਣ ਹੀ ਨਹੀਂ ਸਕਦਾ ਔਰ ਡੀਜ਼ਲ ਵਾਲਾ ਪਰੌਂਠਾ ਹੈਗਾ ਵੈਸੇ ਹੀ ਬਣਾਉਣਾ ਹੀ ਬਹੁਤ ਮੁਸ਼ਕਿਲ, ਅੱਗ ਲੱਗ ਜਾਏਗੀ ਪਹਿਲੀ ਗੱਲ ਤਾਂ, ਔਰ ਦੂਸਰੀ ਗੱਲ ਕੋਈ ਖਾ ਹੀ ਨਹੀਂ ਸਕਦਾ ਭਾਅ ਜੀ ਡੀਜ਼ਲ। ਬਬਲੂ ਜੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਛੋਟੀ ਜਿਹੀ ਵੀਡੀਓ ਬਣਾਉਣ ਦੇ ਚੱਕਰ 'ਚ ਜਾਂ ਫਿਰ ਵਾਹ ਵਾਹੀ ਲੁੱਟਾਂ ਦੇ ਚੱਕਰਾਂ 'ਚ ਹੈਲਥ ਦੇ ਨਾਲ ਖਿਲਵਾੜ ਹੁੰਦਾ, ਲੋਕਾਂ 'ਚ ਕਿਤੇ ਨਾ ਕਿਤੇ ਦਹਿਸ਼ਤ ਜ਼ਰੂਰ ਮਚਦੀ ਹੈ? ਭਾਅ ਜੀ ਕਿਸੇ ਦਾ ਮਕਸਦ ਇਹ ਨਹੀਂ ਹੁੰਦਾ ਕਿ ਹਾਂ ਵੀ ਕਿਸੇ ਨੂੰ ਆਪਣਾ ਹਾਰਟ ਕਰਨਾ, ਅਗਰ ਜੇ ਅਗਰ ਕਿਸੇ ਨੇ ਅਗਰ ਬਲੌਕ ਵੀ ਬਣ ਗਿਆ ਹੈ ਜਾਂ ਬਣਾਇਆ ਗਿਆ ਹੈ ਅਤੇ ਉਹਦੇ ਵਿੱਚ ਆਪਣਾ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਔਰ ਆਪਾਂ ਤਾਂ ਵਧੀਆ ਹੀ ਪਰੌਂਠਾ ਬਣਾਉਂਦੇ ਹਾਂ। ਭਾਅ ਜੀ ਇਹ ਪਰੌਂਠਾ ਭਾਅ ਜੀ ਦਿਖਾਇਓ ਜਰਾ, ਇਹ ਪਰੌਂਠਾ ਇਸ ਤਰ੍ਹਾਂ ਦੀ ਚੀਜ਼ ਹੈ, ਇੰਡੀਅਨ ਡਿਸ਼ ਹੈ ਕਿ ਹਰ ਕੋਈ ਪੰਜਾਬੀ ਹੋਏ ਜਾਂ ਹਿੰਦੂ ਹੋਏ, ਹੈ ਨਾ, ਹਰ ਥਾਂ 'ਤੇ ਚਾਹੇ ਦਿੱਲੀ, ਪੰਜਾਬ, ਹਰਿਆਣਾ, ਹਰ ਸਟੇਟ 'ਚ ਪਰੌਂਠਾ ਜ਼ਰੂਰ ਲੋਕ ਪਸੰਦ ਕਰਦੇ। ਹਾਂਜੀ ਹਾਂਜੀ ਹਾਂਜੀ, ਲੱਗਦਾ ਤੁਸੀਂ ਵੀ ਸਪੈਸ਼ਲਿਸਟ ਹੋ ਪਰੌਂਠੇ ਦੇ। ਭਾਅ ਜੀ ਹਾਂ ਸਪੈਸ਼ਲਿਸਟ ਹੈ, ਪਰ ਪਰੌਂਠਾ ਬਣਾ ਰਹੇ ਕਾਫੀ ਟਾਈਮ ਤੋਂ ਬਣਾ ਰਹੇ ਹਾਂ, ਕੋਈ ਦਿੱਕਤ ਨਹੀਂ ਹੈ। ਤੁਸੀਂ ਕਿ ਸਾਡੇ ਕਸਟਮਰ ਤੋਂ ਫੀਡਬੈਕ ਲੈ ਸਕਦੇ ਹੋ, ਸਾਡੇ ਕੋਲ ਕਸਟਮਰ ਆ ਰਹੇ ਨੇ, ਕੋਈ ਇੱਦਾਂ ਦੀ ਕੋਈ ਦਿੱਕਤ ਹੈ ਹੀ ਨਹੀਂ ਪਰੌਂਠੇ ਦੇ ਵਿੱਚ ਜੀ। ਆਪਾਂ ਤੁਹਾਨੂੰ ਦੱਸਣਾ ਚਾਹਾਂਗਾ, ਸਾਡੇ ਕੋਲ ਤਾਂ ਖੁਦ ਆਪਾਂ ਗੁਰੂ ਘਰ ਨਾਲ ਜੁੜੇ ਹੋਏ ਹਾਂ ਭਾਅ ਜੀ,
ਸਾਡਾ ਤੇ ਇਥੋਂ ਦੀ ਲੰਗਰ ਬਣ ਕੇ ਵੀ ਜਾਂਦਾ ਭਾਜੀ 200 ਤੋਂ 250 ਬੰਦੇ। ਲੇਕਿਨ ਬਲੂ ਜੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਛੋਟੀ ਜੀ ਵਾਹਵਾਈ ਜਾਂ ਪਬਲਿਸਿਟੀ ਦੇ ਚੱਕਰ 'ਚ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ? ਹੁਣ ਤੁਸੀਂ ਖੁਦ ਓਬਵੀਅਸਲੀ ਵਾਇਰਲ ਹੋਈ ਹੈ ਵੀਡੀਓ, ਤਾਂ ਤੁਸੀਂ ਵੀ ਸੁਰਖੀਆਂ 'ਚ ਹੋ ਭਾਜੀ। ਜੋ ਵੀ ਮਤਲਬ ਕਿ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ, ਜੇ ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਅਗਰ ਕਿਸੇ ਦੀ ਫੀਲਿੰਗਸ ਹਰਟ ਹੋਈ ਹੈ ਜਾਂ ਕਿਸੇ ਨੂੰ ਲੱਗਿਆ ਹੈ ਕਿ ਹਾਂ ਵੀ ਜੋ ਚੀਜ਼ ਨਹੀਂ ਹੋਣੀ ਚਾਹੀਦੀ, ਮੈਂ ਉਹਦੇ ਵਾਸਤੇ ਸ਼ਮਾ ਆਚਨਾ ਮੰਗ ਸਕਦਾ ਜੀ ਆਪਣੇ ਵੱਲੋਂ, ਤਾਂ ਕਿ ਹਾਂ ਵੀ ਸਾਡਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ, ਨਾ ਕਿ ਆਪਾਂ ਕਿਸੇ ਦੀ ਕਿਸੇ ਨਾਲ ਜਾਨ ਦੇ ਨਾਲ ਖੇਡ ਰਹੇ ਹਾਂ, ਨਾ ਆਪਾਂ ਖੇਡਣਾ। ਹੈਲਥ ਜ਼ਰੂਰੀ ਹੈ, ਤੁਹਾਡੇ 'ਤੇ ਵੀ ਕੋਈ ਵਿਸ਼ਵਾਸ ਕਰਦਾ ਹੋਣਾ ਤਾਂ ਹੀ ਤੁਹਾਡੇ ਢਾਬੇ 'ਚ ਆਉਂਦਾ ਹੋਣਾ। ਸਾਡੀ ਭਾਜੀ ਸਾਡੇ ਢਾਬੇ 'ਤੇ ਅਗਰ ਰੋਟੀ ਕੋਈ ਖਾਣ ਆ ਰਿਹਾ ਤਾਂ ਉਹ ਵਿਸ਼ਵਾਸ ਕਰਕੇ ਹੀ ਖਾਣ ਆ ਰਿਹਾ, ਅਤੇ ਕਿਉਂਕਿ ਕਈ ਲੋਕ ਘਰੋਂ ਬਾਹਰ ਰਹਿੰਦੇ ਨੇ, ਉਹਨਾਂ ਨੂੰ ਖਾਣ ਨੂੰ ਨਹੀਂ ਮਿਲਦਾ, ਅਤੇ ਅਸੀਂ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰ ਰਹੇ, ਖਾਣਾ ਪ੍ਰੋਵਾਈਡ ਕਰ ਰਹੇ ਹਾਂ, ਅਤੇ ਇਹ ਸਾਡੇ ਲਈ ਬਹੁਤ ਹੀ ਸੇਵਾ ਦਾ ਕੰਮ ਹੈ, ਅਸੀਂ ਇਸਨੂੰ ਸੇਵਾ ਸਮਝਦੇ ਹਾਂ ਭਾਜੀ। ਕਿ ਹਾਂ ਕਿੱਥੋਂ ਕਿੱਥੋਂ ਤੁਹਾਨੂੰ ਕਾਲ ਆ ਰਹੀ, ਕਿਉਂਕਿ ਵਾਇਰਲ ਹੀ ਵੀਡੀਓ ਬਹੁਤ ਜ਼ਿਆਦਾ ਹੋ ਗਈ ਹੈ, ਕੋਲਸ ਤਾਂ ਭਾਜੀ ਆ ਰਹੇ ਨੇ, ਪਰ ਮਤਲਬ ਕਿ ਸਭ ਨੂੰ ਇਹੀ ਕਿਹਾ ਜਾ ਰਿਹਾ, ਔਰ ਜਿਹਨੇ ਬਲੌਗਰ ਨੇ ਬਲੌਗ ਬਣਾਇਆ ਸੀਗਾ ਉਹਨੇ ਕੱਲ੍ਹ ਆਪਣੇ ਪੇਜ ਪਹਿਲੇ ਤਾਂ ਵੀਡੀਓ ਡਿਲੀਟ ਕਰਤੀ ਹੈ ਜੀ, ਜੋ ਵੀਡੀਓ ਸੀਗੀਆਂ ਆਪਣੀਆਂ, ਅਤੇ ਦੂਜੀ ਗੱਲ ਉਹਨੇ ਬਲੌਗ ਬਣਾ ਕੇ ਮੇਰੇ ਸਾਹਮਣੇ ਇੱਥੇ ਹੀ ਬਲੌਗ ਬਣਿਆ, ਉਹਨੇ ਮਾਫ਼ੀ ਯਾਚਨਾ ਮੰਗੀ ਹੈ, ਮੰਗੀ ਹੈ ਹਾਂਜੀ ਹਾਂਜੀ, ਕਿ ਅਗਰ ਮੈਂ ਡੀਜ਼ਲ ਵਾਲੇ ਪਰੌਂਠੇ ਦਾ ਟਾਈਟਲ ਦਿੱਤਾ ਹੈ, ਟਾਈਟਲ ਦਿੱਤਾ ਨਾ ਕਿ ਡੀਜ਼ਲ ਵਾਲਾ ਪਰੌਂਠਾ ਬਣਿਆ ਭਾਜੀ। ਉਹਦੇ 'ਚ ਲੱਗ ਵੀ ਇੱਦਾਂ ਰਿਹਾ ਕਿ ਤੁਸੀਂ ਟੀਨ ਇਹੀ ਟੀਨ ਸੀ, ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਦਾ ਟੀਨ ਸੀਗਾ ਤੁਸੀਂ ਪਾ ਰਹੇ ਹੋ, ਇੱਦਾਂ ਇੱਦਾਂ ਦਾ ਹੀ ਟੀਨ ਸੀਗਾ ਜਿਹਦੇ ਤੁਸੀਂ ਪਾ ਰਹੇ ਹੋ? ਅੱਛਾ ਇਸੇ ਤਰ੍ਹਾਂ ਦਾ ਟੀਮ ਸੀਗਾ ਜਿਹੜਾ ਕਿ ਅਸੀਂ ਪਾ ਰਹੇ ਹੋ, ਇਹ ਇਦਾਂ ਦਾ ਟੀਮ ਸੀਗਾ, ਪਰ ਇਹ ਮਤਲਬ ਕਿ ਉਸ ਕੋਈ ਡੀਜ਼ਲ ਨਹੀਂ ਸੀਗਾ ਭਾਜੀ, ਨਾ ਕਿ ਆਪਾਂ ਡੀਜ਼ਲ ਇੱਥੇ ਯੂਜ਼ ਕੀਤਾ ਭਾਜੀ। ਠੀਕ ਹੈ, ਹਾਲਾਂਕਿ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ ਅਤੇ ਜਿਹੜੇ ਓਨਰ ਨੇ ਢਾਬੇ ਦੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਸਿਰਫ ਟਾਈਟਲ ਜਾਂ ਫਿਰ ਇਸ ਤਰ੍ਹਾਂ ਦਾ ਜਿਹੜਾ ਕਰਨ ਵਾਸਤੇ, ਹਾਲਾਂਕਿ ਇਸ ਤਰ੍ਹਾਂ ਦਾ ਆਇਲ ਅਸੀਂ ਯੂਜ਼ ਕਰਦੇ ਹਾਂ, ਔਰ ਕਿਸੇ ਵੀ ਤਰ੍ਹਾਂ ਦੀ ਕਿਸੇ ਨਾਲ ਸਿਹਤ ਦੇ ਨਾਲ ਕੋਈ ਖਿਲਵਾੜ ਨਾ ਅਸੀਂ ਕੀਤਾ ਹੈ। ਹਾਲਾਂਕਿ ਕਾਫੀ ਵਿਵਾਦ ਵੀ ਹੋਇਆ ਸੀਗਾ, ਹੈਲਥ ਡਿਪਾਰਟਮੈਂਟ ਵੀ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਇੱਥੇ ਆ ਕੇ ਪੂਰੀ ਚੈਕਿੰਗ ਕੀਤੀ ਗਈ ਹੈ, ਲੇਕਿਨ ਅਸਲੀਅਤ ਕੀ ਹੈ ਅਸੀਂ ਕੋਸ਼ਿਸ਼ ਕੀਤੀ ਜਾਣਨ ਦੀ। ਅਸਲੀਅਤ ਇਹੀ ਹੈ ਕਿ ਕਿਸ ਤਰ੍ਹਾਂ ਦਾ ਕੋਈ ਡੀਜ਼ਲ ਵਾਲਾ ਪਰੌਂਠਾ ਨਹੀਂ, ਸਿਰਫ ਉਹਨੂੰ ਟਾਈਟਲ ਦਿੱਤਾ ਗਿਆ ਸੀਗਾ ਇਸ ਤਰ੍ਹਾਂ ਦਾ ਜਿਹੜਾ ਦਰਸਾਇਆ ਗਿਆ ਸੀਗਾ। ਚੰਡੀਗੜ੍ਹ ਤੋਂ ਕੈਮਰਾਮੈਨ ਸੁਖਪਾਲ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।